ਫਿਰ ਉਹ ਕਹਿਣ ਲੱਗੇ ਤੇ ਜਿਹੜਾ ਇਹੋ ਜਿਹਾ ਸੂਖੀ ਮੈਂ ਉਹਦੀ ਪੂਜਾ ਕਿਵੇਂ ਹੋਈ ਇਹ ਜੀ ਵਸਤੂ ਉਹਦੀ ਪੂਜਾ ਹੋਣੀ ਚਾਹੀਦੀ ਹੈ ਇਸੀ ਕਰਕੇ ਇਸ ਇਹ ਵਸਤੂ ਇਹ ਚੇਤਨ ਤੱਕ ਪਰਮਾਤਮਾ ਦੀ ਪੂਜਾ ਕਰਨ ਵਾਸਤੇ ਜਿਹੜਾ ਅਸੀਂ ਸੂਖਮ ਹੈ ਉਹ ਅਗਿਆਨੀ ਉਹਦੀ ਪੂਜਾ ਨਹੀਂ ਉਹਦੀ ਪੂਜਾ ਤਾਂ ਗਿਆਨਵਾਨ ਤੱਤਵ ਨਹੀਂ ਕਰ ਸਕਦੇ ਹੁਣ ਦੀ ਪੂਜਾ ਕਰਨ ਵਾਸਤੇ ਤਿੰਨ ਕਿਸਮ ਖੁਲ੍ਹ ਕਰਨ ਸ਼ਾਮ ਸਮ ਬੋਧ ਸੰਤੇ ਕੀ ਚਿੱਤ ਦੀ ਇਕਾਗਰਤਾ ਸ਼ਾਮ ਸਮ ਦ੍ਰਿਸ਼ਟੀ ਬੋਧ ਬ੍ਰਹਮ ਗਿਆਨ ਇਹ ਤਿੰਨ ਫੁੱਲਾਂ ਦੁਆਰਾ ਉਸਦੀ ਪੂਜਾ ਕੀਤੀ ਜਾਂਦੀ ਹੈ ਬਾਕੀ ਕੁਰਲੀ ਪੂਜਾ ਪਹਿਲੇ ਪਹਿਲ ਆਪਣੇ ਇਸ਼ਟ ਦੇਵ ਨੂੰ ਪਰਮਾਤਮਾ ਮੰਨ ਕੇ ਸਾਕਾਰ ਜੋ ਹੈ ਜਿਵੇਂ ਸਾਡਾ ਗੁਰੂ ਗ੍ਰੰਥ ਸਾਹਿਬ ਹੈ ਉਸ ਰਾਹੀਂ ਉਸਦੀ ਪੂਜਾ ਕੀਤੀ ਜਾਂਦੀ ਹੈ ਇਹ ਅਗਿਆਨੀ ਬਾਲਕੀਆਂ ਦੇ ਕਰਨ ਯੋਗ ਪੂਜਾ ਹੈ ਉਹਦੇ ਅਸਤੂਰ ਫੁੱਲਾਂ ਨਾਲ ਉਹਦੀ ਪੂਜਾ ਉਸੀ ਤਰ੍ਹਾਂ ਭੋਗ ਲਗਾਉਣ ਯੋਗ ਕਰਨਾ ਹੈ ਉਹ ਐਸੀ ਹੈ ਇੱਥੋਂ ਕਰਦੇ 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 ਹੌਲੀ ਹੌਲੀ ਉੱਥੇ ਪਹੁੰਚਦਾ ਹੈ ਜਿਹੜੇ ਉੱਥੇ ਪਹੁੰਚਗੇ ਉਹ ਇਹਨਾਂ ਤਿੰਨਾਂ ਫੁੱਲਾਂ ਨਾਲ ਉਹਦੀ ਪੂਜਾ ਕਰਦੇ ਨੇ ਸੱਤ ਵਿੱਚ ਪਰ ਗਿਆਨੀਆਂ ਦਾ ਕੰਮ ਹੈ ਅਣ ਬਾਲਕਾਂ ਦਾ ਉਹਨਾਂ ਵਾਸਤੇ ਇਹੀ ਅਸਤੂਰ ਪੂਜਾ ਹੀ ਠੀਕ ਹੈ ਕਰਨੀ ਚਾਹੀਦੀ ਹੈ ਇਸ ਬਿਨਾਂ ਉੱਥੇ ਪਹੁੰਚ ਨਹੀਂ ਸਕਦਾ ਸੰਯਮ ਕਰਕੇ ਉਹ ਪਰਮਾਤਮਾ ਉਹਦੇ ਵਾਸਤੇ ਫਿਰ ਉਹਦੇ ਨਾਂ ਸਿਮਰਨ ਸਾਡੇ ਗੁਰੂ ਨਾਨਕ ਜੀ ਨੇ ਤਾਂ ਵੈਸੇ ਤਾਂ ਉਹਦੇ ਬਹੁਤ ਸਾਰੇ ਨਾਂ ਰੱਖੇ ਨੇ ਗੁਰਬਾਣੀ ਦਾ ਪਾਠ ਕਰੋ ਤੁਸੀਂ ਕਿੰਨੇ ਨਾਮ ਨੇ ਉਹਦੇ ਰਾਮ ਵੀ ਆਉਂਦਾ ਹੈ ਗੋਬਿੰਦ ਵੀ ਆਉਂਦਾ ਹੈ ਖੁਦਾ ਵੀ ਆਉਂਦਾ ਹੈ ਔਰ ਅਨੇਕਾਂ ਨਾਮ ਨੇ ਇੱਕ ਓਂਕਾਰ ਹੈ ਸਤਨਾਮ ਹੈ ਕਰਤਾ ਹੈ ਪੁਰਖ ਹੈ ਨਿਰਭਉ ਹੈ ਨਿਰਵੈਰ ਹੈ ਅਕਾਰ ਮੂਰਤ ਅਜੂਨੀ ਹੈ ਸ਼ਗੁਨ ਹੈ ਇਹੋ ਜਿਹਾ ਪਰਮਾਤਮਾ ਜੀ ਦੇ ਵਿਸ਼ੇਸ਼ਣ ਜਿਸ ਨੂੰ ਗੁਰਪ੍ਰਸ਼ਾਦ ਗੁਰੂ ਦੀ ਕਿਰਪਾ ਕਰਕੇ ਜਾਣਿਆ ਜਾਂਦਾ ਇਹ ਵੀ ਜਾਣਿਆ ਜਾਂਦਾ